बीजेपी सरकार दे नाल ही चल रहा, वो गलत नीतियां, वो गलत जड़े पर सानू खत्म करन दी इरादे साडी होंद सालियां जड़ां किसानी खत्म कर ली आ उहदे विरुद्ध दे विच आ जिहड़े इत्थों दे पंजाब दे लोक यार किसान नहीं, ये नहीं अन्न खांदे, ये अपनी होंद जे देखिए पंजाब दी ते किसानी आ सारी किसानी तो अपना सारा चलता, इन्हां नूं शर्म नहीं आउंदी ते इलैक्शन लड़दियां नूं इन्हां नूं उद्दां बाइकआउट करना चाहिए भी असीं नहीं भाई बीजेपी बीजेपी जो अहीं बाहर चलने आ भाई तुसीं साडे उत्थे दिल्ली च किसान मर रहे आ ਇੰਨਾ ਅੰਦੋਲਨ ਤਕੜਾ ਹੋ ਰਿਹਾ ਜਿਨ੍ਹਾਂ ਨੂੰ ਕਿਸਾਨਾਂ ਨੂੰ ਸਾਨੂੰ ਨਸਲਵਾਦੀ ਕਿਤੇ ਕੁਛ ਕਹਿ ਰਿਹਾ ਵੀ ਅਸੀਂ ਕਿਸਾਨ ਨਸਲਵਾਦੀ ਥੋੜ੍ਹੀ ਹਾਂ ਜੇ ਫਿਰ ਇੱਦਾਂ ਦੀਆਂ ਹਰਕਤਾਂ ਕਰਨਗੇ ਤਾਂ ਫਿਰ ਖਾਲਿਸਤਾਨੀ ਤਾਂ ਫਿਰ ਬਣਨੇ ਬਣਨੇ ਲੋਕ ਦੇਖੋ ਦਿੱਲੀ ਦੇ ਵਿੱਚ ਛੱਬੀ ਜਨਵਰੀ ਨੂੰ ਇੰਨਾ ਉੱਥੇ ਦੰਗੇ ਹੋਏ ਕਿਸਾਨ ਵੀ ਕੁਛ ਮਰੇ ਕਿਸਾਨਾਂ ਦੇ ਪਰਚੇ ਦਰਜ ਵੀ ਹੋਏ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਵੀ ਸਿੱਟਿਆ ਪਰ ਸਰਕਾਰਾਂ ਨੇ ਉਹਨਾਂ ਨੂੰ ਪੁੱਛ ਹਾਲੇ ਤੱਕ ਕਿਸੇ ਨੇ ਪੁੱਛਗਿੱਛ ਨਹੀਂ ਕੀਤੀ ਕੀ ਕਹੋ ਦੇਖੋ ਜੀ ਜਥੇਬੰਦੀਆਂ ਪੁੱਛਗਿੱਛ ਕਰ ਰਹੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ ਇਹ ਵੀ ਕਿਹਾ ਵੀ ਅਸੀਂ ਉਹਨਾਂ ਚਿਰ ਗੱਲਬਾਤ ਨਹੀਂ ਕਰਨੀ ਜਿੰਨਾ ਚਿਰ ਸਾਡੇ ਉਹ ਤੁਹਾਡੇ ਕੋਲ ਬੰਦੇ ਫੜੇ ਉਹਨਾਂ ਨੂੰ ਛੱਡੋ ਜਿੰਨੇ ਵੀ ਹੈਗੇ ਆ ਕੁਛ ਇੱਕ ਦੋ ਕੁਛ ਮੁੰਡੇ ਛੱਡੇ ਵੀ ਆ ਉਹਨਾਂ ਨੇ ਬਹੁਤ ਗਲਤ ਕੀਤਾ ਗਿਆ ਉਹਨਾਂ ਨੂੰ ਦਿੱਲੀ ਪੁਲਿਸ ਵੱਲੋਂ ਬੜਾ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਪਰ ਇਹ ਆ ਵੀ ਭਾਈ ਜਿਹੜਾ ਮੋਦੀ ਆ ਇਹਨੂੰ ਮੰਨਣਾ ਪੈਣਾ ਆ ਸਾਰਾ ਵਰਲਡ ਜਿਹੜਾ ਇਹਦੇ ਖਿਲਾਫ਼ ਚੱਲ ਰਿਹਾ ਇਸ ਟਾਈਮ ਜਿਹੜੇ ਲੋਕ ਮੰਨ ਲਾ ਉੱਥੇ ਗਏ ਆ ਜੋ ਜਿਹੜੀ ਕੁਝ ਹੀ ਹਰਕਤ ਹੋਈ ਆ ਨਾ ਇਹ ਤਾਂ ਉਹ ਚਾਹੁੰਦੀ ਸੀ ਸਰਕਾਰ ਤੁਹਾਨੂੰ ਮੰਨਦਾ ਵਾ ਤੁਸੀਂ ਮੰਨਦੇ ਹੋ ਕਿ ਮੋਦੀ ਜਿਹੜਾ ਵਾ ਕਿ ਇਹ ਮੰਨਣ ਨੂੰ ਤਿਆਰ ਹੋ ਜਾਊਗਾ ਮੰਨਣਾ ਪੈਣਾ ਨਾ ਮੰਨੂਗਾ ਤਾਂ ਜ਼ਬਰਦਸਤੀ ਅਸਤੀਫਾ ਜਿਹੜਾ ਉਹ ਲਿਆ ਜਾਊ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਦੇਖੋ ਕਿਸਾਨਾਂ ਦੇ ਵਿੱਚ ਜਿਹੜਾ ਕਿ ਕਿੰਨਾ ਕਿਸਾਨਾਂ ਦੇ ਵਿੱਚ ਜਿਹੜਾ ਕਿ ਸੰਘਰਸ਼ ਕਿਸਾਨ ਕਿੰਨਾ ਗੁੱਸੇ ਦੇ ਵਿੱਚ ਹਨ ਉਹਨਾਂ ਨੇ ਬੀਜੇਪੀ ਦੇ ਜਿਹੜੇ ਕਿ ਬੋਰਡ ਵੀ ਲਾ ਦਿੱਤੇ ਸਾਡੇ ਨਾਲ ਹਾਂਜੀ ਸਰ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਐਡ ਕਰਦੇ ਹਾਂ ਕਿ ਬੀਜੇਪੀ ਵਾਲੇ MC ਦੀਆਂ ਵੋਟਾਂ ਮੰਗਣ ਜਦੋਂ ਵੀ ਘਰ ਪਰਤੀ ਆਉਣ ਤਾਂ ਸਾਰੇ ਵੀਰ ਭੈਣਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹਨੂੰ ਸਵਾਲ ਜ਼ਰੂਰ ਕਰਨ ਕਿ ਭਾਅ ਜੀ ਵੀ ਤੇਰੇ ਜਿਹੜੇ ਪਹਿਲੇ ਅੱਛੇ ਦਿਨ ਆ ਉਹ ਤਾਂ ਸਾਡੇ ਕੋਲ ਸੰਭਲੇ ਨਹੀਂ ਗਏ ਤਾਂ ਤੈਨੂੰ ਵੋਟ ਪਾਤੀ ਤਾਂ ਤੂੰ ਤਾਂ ਹੋਰ ਅੱਛੇ ਦਿਨ ਸਾਨੂੰ ਜ਼ਬਰਦਸਤੀ ਦੇਗਾ ਅਤੇ ਇਸ ਲਈ ਸਾਡੀ ਵੋਟ ਜਿਹੜੀ ਅੱਛੇ ਦਿਨਾਂ ਵਾਸਤੇ ਤਾਂ ਬਿਲਕੁਲ ਨਹੀਂ ਹੈ ਇਸ ਲਈ ਤੇਰੇ ਜਿਹੜੇ ਪਹਿਲੇ ਅੱਛੇ ਦਿਨ ਆ ਭਾਈ ਆਪਣੇ ਇਕੱਠੇ ਕਰ ਅਤੇ ਇੱਥੋਂ ਤੁਰਦਾ ਬਣ ਹਰੇਕ ਗਲੀ ਵਿੱਚ ਹਰੇਕ ਘਰ ਦੇ ਵਿੱਚ ਜਦੋਂ ਇਹ ਵੋਟ ਮੰਗਣ ਜਾਂਦੇ ਆ ਅਤੇ ਇਹਨਾਂ ਨੂੰ ਸਵਾਲ ਕਰੋ ਕਿ ਭਾਈ ਵੀ ਤੁਸੀਂ ਮੁਲਕ ਦੇ ਵਿੱਚ ਕੋਈ ਚੀਜ਼ ਬਾਕੀ ਵੇਚਣ ਵਾਲੀ ਰਹਿ ਗਈ ਆ ਜਿਹੜੀ ਤੁਹਾਨੂੰ ਅਸੀਂ ਵੋਟ ਪਾ ਕੇ ਦੁਬਾਰਾ ਤੁਹਾਨੂੰ ਪਾਵਰ ਦਈਏ ਤਾਕਤ ਦਈਏ ਕਿ ਹਿੰਦੁਸਤਾਨ ਦੀ ਇੰਡੀਆ ਦੀ ਭਾਰਤ ਦੀ ਕੋਈ ਚੀਜ਼ ਐਸੀ ਬਾਕੀ ਬਚੀ ਆ ਜਿਹੜੀ ਤੁਸੀਂ ਜੋ ਕੁਛ ਕਰ ਰਹੇ ਗਲਤ ਕਰ ਰਹੇ ਆ ਇਹਨਾਂ ਨੇ ਕੀਤੀ ਆ ਕੰਮ हम जलंधर जा रहे थे डॉक्टर पास बेबी की मेडिसिन लेने के लिए लेकिन रोक लिया हमें रस्ते में अभी जा रहे हो क्या हम रस्ते में रोक दिया ना बसेस बंद हो गई तो जाने दे रहे आपको लग रहा है कि मुश्किलों का सामना कर रहे हैं बहुत ज्यादा प्रॉब्लम्स आ रही है अब देखो बेबी के साथ खुद ही देखो आप ये देखो छोटा सा बेबी है तो जाने दे रहे आगे आधे रास्ते में वापस आना पड़ा तो अब कैसे आप अब ये मेरे हस्बैंड आ रहे हैं लेने के लिए वापस कपूरथला तो हम वहाँ से पैदल आए हैं वॉक करके हाँ जी बीजेपी सरकार दे नाल ही चल रहा वो जे गलत नीतियाँ वो जे गलत जड़े पर सानू खत्म करन दी इरादे साडी होंद सालियां जड़ां किसानी खत्म कर ली आ उहदे विरुद्ध दे विच आ जिहड़े इत्थों दे पंजाब दे लोक आ यार किसान नहीं ये नहीं अन्न खांदे ये अपनी होंद जे देखिए पंजाब दी ते किसानी आ सारी किसानी तो अपना सारा चलता इन्हां नूं शर्म नहीं आउंदी ते इलैक्शन लड़दियां नूं इन्हां नूं उद्दां बाइकआउट करना चाहिए भी असीं नहीं भाई बीजेपी बीजेपी जो अहीं बाहर चलने आ भाई तुसीं साडे उत्थे दिल्ली च किसान मर रहे आ इन्ना अंदोलन तकड़ा हो रहा जिन्हां नूं किसानां नूं सानूं नसलवादी कितें कुछ कह रहे भी असीं किसान नसलवादी थोड़ी हाँ ਜੇ ਫਿਰ ਇੱਦਾਂ ਦੀਆਂ ਹਰਕਤਾਂ ਕਰਨਗੇ ਤਾਂ ਫਿਰ ਖਾਲਿਸਤਾਨੀ ਤਾਂ ਫਿਰ ਬਣਨੇ ਬਣਨੇ ਲੋਕ ਦੇਖੋ ਦਿੱਲੀ ਦੇ ਵਿੱਚ ਜਿਹੜੇ 26 ਜਨਵਰੀ ਨੂੰ ਇੰਨਾ ਉੱਥੇ ਦੰਗੇ ਹੋਏ ਕਿਸਾਨ ਵੀ ਕੁਛ ਮਰੇ ਕਿਸਾਨਾਂ ਦੇ ਪਰਚੇ ਦਰਜ ਵੀ ਹੋਏ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਵੀ ਸਿੱਟਿਆ ਪਰ ਸਰਕਾਰਾਂ ਨੇ ਉਹਨਾਂ ਨੂੰ ਪੁੱਛ ਹਾਲੇ ਤੱਕ ਕਿਸੇ ਨੇ ਪੁੱਛਗਿੱਛ ਨਹੀਂ ਕੀਤੀ ਕੀ ਕਹੋ ਦੇਖੋ ਜੀ ਜਥੇਬੰਦੀਆਂ ਪੁੱਛਗਿੱਛ ਕਰ ਰਹੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ ਇਹ ਵੀ ਕਿਹਾ ਵੀ